ਚੱਲ ਬਾਪੂ ਆ ਗਏ, ਮੈਨੂੰ ਵੀ ਕੋਈ ਬਾਹਰ ਕੱਢੋ ਪਲੀਜ਼ ਕਾਰ ਤੋਂ। ਕੱਢ ਲਾ ਆਪਣੇ ਆਪ ਨੂੰ। ਠੀਕ ਆ, ਮੈਂ ਬੈਠੀ ਰਹਿੰਦੀ ਆ। ਤੂੰ ਅੰਦਰ ਨਹੀਂ ਆਉਣਾ? ਹਾਂ ਤੂੰ ਆ ਜਾ ਜੇ ਆਉਣਾ ਆ। ਠੀਕ ਆ, ਆ ਜਾਣੀ ਆ। ਠੀਕ ਆ, ਚਾਹ ਤਾਂ ਮਿਲ ਜੂਗੀ ਫਿਰ। ਕਿਹਦੇ ਘਰ ਆਏ ਹੋਏ ਆ, ਮੈਨੂੰ ਕੋਈ ਦੱਸੂਗਾ? ਅਸੀਂ ਮੇਰੇ ਘਰ ਆਏ ਹੋਏ ਆ। ਤੂੰ ਕੌਣ ਆ ਭਾਈ? ਹੈਲੋ, ਤੂੰ ਹੈ ਕੌਣ? ਕੀ ਆਏ? ਐਪਲ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਤੂੰ ਕੌਣ ਆ? ਤੂੰ ਕਿੱਥੋਂ ਆਈ? ਮੈਂ ਜਸਪਾਲ। ਅੱਛਾ, ਤੂੰ ਜਸਪਾਲ ਆ? ਹਾਂ, ਮੈਂ ਤਾਂ ਤੈਨੂੰ ਪਹਿਲਾਂ ਕਦੀ ਨਹੀਂ ਦੇਖਿਆ। ਹਾਂ, ਮੈਂ ਨਵੀਂ ਆਈ ਹਾਂ, ਮੈਨੂੰ ਪਤਾ ਨਹੀਂ ਕਿਹਦਾ ਘਰ ਆ, ਤੁਹਾਡਾ ਆ? ਹਾਂ, ਮੇਰਾ ਹੀ ਆ। ਮੇਰਾ ਨਾਮ ਜਸਲੀਨ ਆ, ਇਹ ਮੇਰੇ ਪੁੱਤ ਆ ਦੋਨੋਂ। ਹਾਂ, ਅਸੀਂ ਇਹਦੇ ਪੁੱਤ ਨਹੀਂ ਹੈਗੇ, ਇਹ ਪਟੈਂਡ ਕਰਦੀ ਰਹਿੰਦੀ ਸੀ। ਦੇਖੋ, ਚੋਰੀ ਕਰ ਰਹੇ ਆ। ਪਹਿਲਾਂ ਹੱਥ ਧੋਵੋ ਆਪਣੇ, ਚਾਹ ਕੇ। ਮੈਂ ਵੀ ਖਾ ਸਕਦੀ ਹਾਂ? ਹਾਂ, ਆ ਕੇ ਬੈਠ ਲਾ, ਸਾਰੇ ਫਰੈਂਡਲੀ ਰਹੋ। ਇਹ ਜਸਪਾਲ ਆ। ਕੀ ਏ? ਸਮੋਸੇ ਆ? ਕੀ ਆਏ? ਨਹੀਂ, ਮਫਨ ਆ ਪਾਗਲ, ਸਮੋਸੇ ਥੋੜੋ ਹੋ ਗਏ। ਅੱਛਾ, ਹਾਂ ਠੀਕ ਹੈ। ਚਟਨੀ? ਚਟਨੀ ਕੌਣ ਖਾਂਦਾ ਆ ਸਮੋਸਿਆਂ ਦੇ ਨਾਲ? ਹਾਂ, ਕੌਣ ਖਾਂਦਾ ਆ? ਮੈਂ ਖਾਂਦੀ ਹੁੰਦੀ ਹਾਂ, ਮੈਨੂੰ ਨਾ ਦੋਨੋਂ ਚਟਨੀਆਂ ਪਸੰਦ ਆ। ਜੀਵਿਆਂ ਤੂੰ? ਹਾਂ, ਸਾਰੇ ਕਹਿੰਦੇ ਆ ਮੈਂ ਹੈਗੀ ਹਾਂ। ਹੋਰ ਕਿਹੜੀਆਂ ਚੀਜ਼ਾਂ ਦੇ ਨਾਲ ਖਾਂਦੀ ਆ ਤੂੰ ਚਟਨੀ? ਕੁਛ ਵੀ, ਕੋਈ ਵੀ ਚੀਜ਼ ਖਾ ਲੈਣੀ ਆ, ਬ੍ਰੈਡ ਟੋਸਟ ਕਹਿ ਲਓ, ਸਮੋਸੇ ਤਾਂ ਹੁੰਦੇ ਹੀ ਆ। ਮੈਂ ਹੁਣ ਆ ਗਿਆ ਘਰ। ਹੈਲੋ ਜੈਸਲੀਨ, ਮੈਂ ਇੱਕ ਪੱਪੀ ਲੈ ਲਾ। ਹਟੋ, ਮੈਨੂੰ ਵੀ ਪੱਪੀ ਮਿਲਦੀ ਸੀ ਪਿੰਡੋਂ ਤੋਂ। ਏ ਚੱਲ ਭਾਈ, ਆ ਜਾ। ਬਾਬੂ ਜਸਪਾਲ, ਇਨੀ ਬੰਦਾ ਹੈਗਾ, ਇਹ ਕੁੱਤਾ ਆ। ਇਹਨੂੰ ਕੀ ਹੋਇਆ? ਤੂੰ ਵੀ ਖਾ ਲਾ ਕੁਛ। ਮੈਂ ਇੱਦਾਂ ਹੀ ਆ। ਚੱਲ ਗੱਲਾਂ ਕਰੀਏ। ਬਾਬੂ, ਕਦੋਂ ਦੱਸਣਾ ਸੀ ਤੂੰ ਕਿ ਤੂੰ ਕੁੱਤਾ ਆ? ਮੈਂ ਕੁੱਤਾ ਹਮੇਸ਼ਾ ਹੀ ਸੀ, ਤੈਨੂੰ ਪਤਾ ਨਹੀਂ ਲੱਗਿਆ? ਨਹੀਂ, ਤੈਨੂੰ ਪਤਾ ਲੱਗਣਾ ਚਾਹੀਦਾ ਸੀ, ਤੇਰੀ ਗਲਤੀ ਆ। ਜੇ ਤੈਨੂੰ ਨਹੀਂ ਪਤਾ ਲੱਗਿਆ ਫਿਰ ਮੇਰੀ ਗਲਤੀ ਨਹੀਂ ਹੈਗੀ ਇਹਦੇ ਵਿੱਚ। ਹਾਂ ਠੀਕ ਹੈ, ਓਕੇ, ਮੈਂ ਸਮਝਦੀ ਹਾਂ। ਹਾਂ ਠੀਕ ਹੈ, ਸੋ ਮੈਂ ਹੁਣ ਕਿੱਦਾਂ ਦਾ ਲੱਗਦਾ ਆ? ਮੈਨੂੰ ਤੂੰ ਪਿਆਰ ਕਰੂੰਗੀ ਇੱਦਾਂ? ਨਹੀਂ, ਮੈਂ ਬਸ ਕਨਫਿਊਜ਼ਡ ਹਾਂ, ਤੂੰ ਕੁੱਤਾ ਕਦੋਂ ਬਣਿਆ? ਜਿੱਦਾਂ ਮੈਨੂੰ ਕਿੱਦਾਂ ਨਹੀਂ ਪਤਾ ਲੱਗੀ ਆ ਗੱਲ, ਕਿੰਨੀ ਦੇਰ ਲਈ ਲੁਕੋਈ ਆ ਤੂੰ ਆ ਚੀਜ਼? ਮੈਂ ਲੁਕੋਈ ਆ ਜਸਪਾਲ? ਤੂੰ ਤਾਂ ਮੈਨੂੰ ਹੁਣੇ ਦੱਸਿਆ ਕਿ ਤੂੰ ਜੱਟੀ ਬਣ ਗਈ ਆ, ਪਹਿਲਾਂ ਤੂੰ ਮੈਨੂੰ ਵੀ ਨਹੀਂ ਦੱਸਿਆ ਸੀ, ਹੁਣ ਤੂੰ ਵੱਡੀਆਂ ਗੱਲਾਂ ਮਾਰਦੀ ਆ ਮੇਰੇ ਕੋਲ। ਹਾਂ ਹਾਂ, ਉਹ ਮੇਰੀ ਗੱਲ ਆ, ਮੈਂ ਤੈਨੂੰ ਕਿਉਂ ਦੱਸਾਂ ਕਿ ਮੈਂ ਜੱਟੀ ਬਣ ਗਈ, ਮੇਰੀ ਕੋਈ ਗੰਦੀ ਬਣ ਹੋਈ? ਤੂੰ ਹੈ ਹੀ ਕਦੋਂ ਮੇਰੇ ਨੇੜੇ ਇੱਦਾਂ ਇੰਨਾ ਜ਼ਿਆਦਾ ਕਿ ਮੈਂ ਤੈਨੂੰ ਇੱਦਾਂ ਦੀਆਂ ਗੱਲਾਂ ਦੱਸਾਂ? ਮੈਂ ਹਮੇਸ਼ਾ ਤੇਰੇ ਨੇੜੇ ਹੁੰਦਾ ਹਾਂ, ਤੇਰੇ ਬਰਥਡੇ 'ਤੇ ਵੀ ਮੈਂ ਆਇਆ ਸੀ। ਹਾਂ, 2 ਮਿੰਟ ਲਈ ਤੂੰ ਹੈਲੋ ਕੀਤੀ। ਮੈਂ ਹਮੇਸ਼ਾ ਉੱਥੇ ਹੀ ਹੁੰਦਾ ਹਾਂ ਤੇਰੇ ਕੋਲ, ਜੋ ਸਾਡੇ ਬਾਪ ਵੀ ਕ੍ਰਿਕਟ ਮੈਚ ਦੇਖਦੇ ਆ ਮੈਂ ਉਦੋਂ ਵੀ ਹੁੰਦਾ ਨਾਲ, ਤੂੰ ਹੀ ਨਹੀਂ ਮੈਨੂੰ ਦੱਸਦੀ ਚੀਜ਼ਾਂ। ਕੀ ਮਤਲਬ ਆ? ਮੈਨੂੰ ਲੱਗਦਾ ਤੂੰ ਹਾਈਡ ਕਰਦੀ ਆ ਚੀਜ਼ਾਂ ਮੇਰੇ ਤੋਂ ਜਾਣ ਬੁੱਝ ਕੇ, ਮੈਨੂੰ ਲੱਗਦਾ ਤੂੰ ਮੈਨੀਪੂਲੇਟ ਕਰ ਰਹੀ ਆ ਮੈਨੂੰ। ਮੈਂ ਮੈਨੀਪੂਲੇਟ ਕਰਕੇ ਤੈਨੂੰ ਕੀ ਕਰੂੰਗੀ ਬੱਬੂ? ਦੱਸ ਮੈਨੂੰ ਕੀ ਆ ਇਹ ਸਾਰਾ, ਮੇਰਾ ਬੈਨੀਫਿਟ ਕੀ ਆ ਇਸ ਚੀਜ਼ ਵਿੱਚ, ਪਲੀਜ਼ ਮੈਨੂੰ ਦੱਸੋ। ਹਾਂ, ਮੈਨੂੰ ਨਹੀਂ ਪਤਾ ਤੇਰਾ ਕੀ ਬੈਨੀਫਿਟ ਆ, ਪਰ ਅਸੀਂ ਉਹ ਬੰਦਾ ਮਾਰਤਾ ਜਿਹੜਾ ਤੇਰੇ ਪਿੱਛੇ ਭੱਜਿਆ ਸੀ। ਉਹ ਲੋਰੈਂਟ? ਹਾਂ, ਲੋਰੈਂਟ ਦ ਪ੍ਰੈਡੇਟਰ। ਉਹ ਮਰ ਗਿਆ? ਉਹਨੂੰ ਕਿਉਂ ਮਾਰਿਆ ਤੁਸੀਂ? ਕਿਉਂਕਿ ਉਹ ਤੈਨੂੰ ਮਾਰਨਾ ਚਾਹੁੰਦਾ ਸੀ, ਹੋਰ ਕਿਉਂ ਨਹੀਂ ਮਾਰਾਂਗੇ ਅਸੀਂ ਉਹਨੂੰ? ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਮਾਰੇ, ਹੁਣ ਉਹ ਨਹੀਂ ਮਾਰੂਗਾ ਮੈਨੂੰ, ਤਾਂ ਮੈਨੂੰ ਕੋਈ ਹੋਰ ਚੀਜ਼ ਲੱਭਣੀ ਪਊਗੀ ਮੈਨੂੰ ਮਾਰਨ ਲਈ। ਪਾਗਲ।